ਜ਼ਿੰਦਗੀ ਨੂੰ ਕਿਵੇਂ ਜਿਉਣਾ ਚਾਹੀਦਾ ਇਸ ਗੱਲ ਦੀ ਸਮਝ ਇਨਸਾਨ ਨੂੰ ਹੌਲੀ ਹੌਲੀ ਆਉਂਦੀ ਆ, ਪਰ ਪੰਗਾ ਇਹ ਆ ਡਾਰਲਿੰਗ, ਜਦੋਂ ਤੱਕ ਪੂਰੀ ਆਉਂਦੀ ਆ ਉਦੋਂ ਤੱਕ ਉਮਰ ਮੁੱਕ ਜਾਂਦੀ ਆ। ਕੁਝ ਦਿਨ ਪਹਿਲਾਂ ਨਾ ਛੋਟਾ ਭਾਈ ਘਰਦਿਆਂ ਦੇ ਨਾਲ ਨਾਰਾਜ਼ ਹੋ ਗਿਆ ਪਾਪੂ ਜੀ ਦੇ ਨਾਲ, ਤਾਂ ਉਹ ਕੋਈ ਗੱਲ ਹੋਈ ਕਿ ਮੈਂ ਇੱਦਾਂ ਕਰਨਾ ਉੱਦਾਂ ਕਰਨਾ, ਤਾਂ ਉਹ ਬੋਲਿਆ ਨਹੀਂ ਦੋ ਚਾਰ ਦਿਨ, ਅਤੇ ਉਹਨਾਂ ਦਿਨਾਂ ਵਿੱਚ ਹੀ ਬਾਪੂ ਜੀ ਉਹਨਾਂ ਨੂੰ ਬੁਖਾਰ ਹੋ ਗਿਆ ਬਹੁਤ ਤੇਜ਼, ਅਤੇ ਉਹ ਚੱਕਰ ਆਉਣ ਕਾਰਨ ਉਹ ਡਿੱਗ ਪਏ ਘਰੇ। ਹੁਣ ਇਹ ਉਦੋਂ ਉੱਥੇ ਸੀਗਾ, ਜਦੋਂ ਇਹਨੇ ਜਾ ਕੇ ਦੇਖਿਆ ਤਾਂ ਬਾਪੂ ਜੀ ਦੀਆਂ ਅੱਖਾਂ ਤਾਂ ਨੂੰ ਹੋ ਗਈਆਂ, ਇਹ ਡਰ ਗਿਆ। ਇਹਨੇ ਮੈਨੂੰ ਫੋਨ ਕੀਤਾ, ਕਹਿੰਦਾ ਇਹਨੇ ਛੇਤੀ ਆ ਜਾ, ਹੋਰ ਇਹਦੇ ਕੋਲ ਕੁਝ ਬੋਲ ਹੀ ਨਾ ਹੋਵੇ। ਮੈਂ ਕਿਹਾ ਕੀ ਹੋਇਆ? ਅਤੇ ਇਹਦੇ ਕੋਲ ਬੋਲਿਆ ਨਾ ਜਾਵੇ ਜੇ ਤਾਂ ਸੁਣ ਹੋ ਜਾਂਦਾ ਬੰਦਾ। ਤਾਂ ਜਦੋਂ ਮੈਨੂੰ ਗੱਲ ਦਾ ਪਤਾ ਲੱਗਾ ਤਾਂ ਮੈਂ ਉਹ ਆਪਣਾ ਪਿੰਡ ਨੂੰ ਤੁਰ ਪਿਆ ਉਸੇ ਵੇਲੇ, ਤਾਂ ਮੇਰੇ ਦਿਮਾਗ 'ਚ ਪਹਿਲੀ ਗੱਲ ਇਹੀ ਆਈ ਕਿ ਕੀ ਸਾਨੂੰ ਆਪਣੇ ਮਾਂ ਬਾਪ ਦੀ ਕੀਮਤ ਉਦੋਂ ਪਤਾ ਲੱਗਦੀ ਹੈ ਜਦੋਂ ਉਹ ਸਾਡੇ ਕੋਲੋਂ ਨਹੀਂ ਰਹਿੰਦੇ, ਜਦੋਂ ਉਹ ਸਾਡੇ ਸਿਰ 'ਤੇ ਆ। ਸਾਨੂੰ ਉਦੋਂ ਲੱਗਦਾ ਕਿ ਯਾਰ ਇਹ ਕਿਉਂ ਟੋਕਦੇ ਆ ਕਿ ਟਾਈਮ ਸਿਰ ਘਰ ਆ, ਉਹਨੂੰ ਨਾ ਮਿਲ, ਇੱਥੇ ਨਾ ਜਾ, ਇੱਦਾਂ ਨਾ ਕਰ, ਉੱਦਾਂ ਨਾ ਕਰ, ਉਦੋਂ ਸਾਨੂੰ ਪਾਬੰਦੀਆਂ ਲੱਗਦੀਆਂ। ਪਰ ਸਹੁੰ ਵਾਲੀ ਗੱਲ ਆ, ਜਦੋਂ ਇਹ ਸਾਇਆ ਸਿਰ ਤੋਂ ਉੱਠਦਾ ਨਾ, ਤੁਹਾਨੂੰ ਕਿਸੇ ਚਾਚੇ ਤਾਏ ਨੇ, ਤੁਹਾਨੂੰ ਕਿਸੇ ਮਾਮੇ ਨੇ, ਕਿਸੇ ਮਾਸੜ ਨੇ ਆ ਕੇ ਕਦੇ ਨਹੀਂ ਕਹਿਣਾ ਕਿ ਆ ਨਾ ਕਰ, ਆਹ ਨਾ ਕਰ, ਆ ਤੇਰੇ ਲਈ ਠੀਕ ਨਹੀਂ ਆ, ਜਾਂ ਉਹ ਤੇਰੇ ਲਈ ਠੀਕ ਆ। ਜੇ ਤੁਹਾਨੂੰ ਵਾਕਈ ਲੱਗਦਾ ਕਿ ਤੁਹਾਡੇ ਸਿਰ 'ਤੇ ਪਾਬੰਦੀਆਂ ਆ, ਤਾਂ ਮੈਂ ਇੱਕ ਰਿਕੁਐਸਟ ਕਰੂੰਗਾ ਕਿ ਕਿਸੇ ਵੀ ਇੱਕ ਐਸੇ ਮੁੰਡੇ ਜਾਂ ਇੱਕ ਐਸੀ ਕੁੜੀ ਨੂੰ ਜ਼ਰੂਰ ਮਿਲਿਓ ਜਿਹਦੇ ਸਿਰ 'ਤੇ ਅੱਜ ਮਾਂ ਜਾਂ ਪਿਓ ਨਹੀਂ ਹੈਗਾ। ਜਿਉਂਦੇ ਜੀ ਆਪਣੇ ਮਾਂ ਬਾਪ ਦੀ ਕਦਰ ਕਰੋ, ਉਹਨਾਂ ਦੇ ਜਾਣ ਤੋਂ ਬਾਅਦ ਪੂਜਾ ਪਾਠ ਬੇਸ਼ੱਕ ਦੀ ਭਾਵੇਂ ਨਾ ਕਰਾਇਓ, ਕੋਈ ਫਰਕ ਨਹੀਂ ਪੈਣਾ, ਦਰਗਾਹਾਂ ਕਿਸੇ ਨਹੀਂ ਵੇਖੀਆਂ, ਪਰ ਜਿਉਂਦੇ ਜੀ ਉਹਨਾਂ ਦੀ ਕਦਰ ਕਰੋ ਬਾਈ। ਵੈਸੇ ਮੇਰਾ ਕੰਮ ਲਿਖਣਾ ਕੌਣਾ ਆ, ਜੇ ਮੈਂ ਇਸ ਵੀਡੀਓ ਨੂੰ ਪੋਸਟ ਨਾ ਵੀ ਕਰਦਾ ਤਾਂ ਵੀ ਸਰੀ ਜਾਣਾ ਸੀ ਮੇਰਾ, ਪਰ ਪਲੀਜ਼ ਮੈਂ ਰਿਕੁਐਸਟ ਕਰਦਾ ਦੋਵੇਂ ਹੱਥ ਜੋੜ ਕੇ, ਜੇ ਤੁਸੀਂ ਸਾਨੂੰ ਫੋਲੋ ਕਰਦੇ ਆ, ਇਸ ਵੀਡੀਓ ਨੂੰ ਸ਼ੇਅਰ ਕਰੋ, ਲਾਈਕ ਕਰੋ, ਕੁਝ ਨਾ ਕਰੋ, ਆਪਣੇ ਮਾਂ ਬਾਪ ਦਾ ਸਤਿਕਾਰ ਕਰੋ, ਪਲੀਜ਼ ਰਿਕੁਐਸਟ। ਥੈਂਕ ਯੂ ਸੋ ਮਚ।